ਸਿੱਧਾ ਕਿ ਇੱਥੇ ਭਾਜੀ ਪਹਿਲਾਂ ਹੀ ਕਹਿ ਕੇ ਗਿਆ ਕਿ ਇਨਸਾਫ ਪੰਜਾਬ ਪੁਲਿਸ ਦੇ ਹੱਥ ਵਿੱਚ ਨਹੀਂ ਹੈਗਾ। ਮਾਰਿਆ ਕਿ ਇਹਨਾਂ ਨੇ ਆ, ਉਹ ਯੂਪੀ ਦੇ ਚਾਰ ਪੰਜ ਬੰਦੇ ਲਿਆਂਦੇ ਅਗਲਿਆਂ ਨੇ ਤੇ ਉਹਨੂੰ ਸ਼ੂਟ ਕਰਵਾ ਦਿੱਤਾ, ਕਿਉਂਕਿ ਹਿੱਕ ਵਿੱਚ ਗੋਲੀ ਤਾਂ ਮੈਂ ਕੈਨੇਡਾ ਦੀ ਧਰਤੀ ਤੇ ਬਹਿ ਕੇ ਕਹਿੰਦੀ ਕਿ ਹਿੱਕ ਵਿੱਚ ਗੋਲੀ ਤਾਂ ਕੈਨੇਡਾ ਵਾਲਿਆਂ ਤੋਂ ਨਹੀਂ ਵੱਜੀ ਹੈਗੀ। ਬੈਠੀ ਆ ਜੇ ਉਹਨਾਂ ਚ ਅੱਜ ਵੀ ਹਿੰਮਤ ਆ ਤੇ ਮੇਰੇ ਸਾਹਮਣੇ ਆ ਕੇ ਇੱਕ ਵਾਰੀ ਦੱਸ ਜਾਣ ਕਿ ਸੰਦੀਪ ਨੇ ਮਾੜਾ ਕੀ ਕੀਤਾ ਸੀ ਉਹਨਾਂ ਦਾ। ਬਾਕੀ ਗੱਲ ਹੈਗੀ ਕਿ ਮੇਰੇ ਬੱਚੇ ਆ, ਸ਼ੇਰ ਦੇ ਪੁੱਤ ਬੱਬਰ ਸ਼ੇਰ ਬਣਨਗੇ ਤੇ ਕਾਤਲਾਂ ਦੇ ਪੁੱਤ ਵੱਡੇ ਕਾਤਲ ਬਣਨ। ਮੈਂ ਬੱਚੇ ਵੱਡੇ ਕਰਕੇ ਇਸ ਗਰਾਊਂਡ 'ਚ ਦੁਬਾਰਾ ਖੜੇ ਕਰਨੇ ਆ, ਚਾਹੇ ਉਹ ਕਬੱਡੀ ਦੀ ਹੋਵੇ, ਚਾਹੇ ਫੁੱਟਬਾਲ ਦੀ ਹੋਵੇ, ਚਾਹੇ ਜਿਹੜੀ ਮਰਜ਼ੀ ਹੋਵੇ। ਉਹ ਬੱਚੇ ਸ਼ੇਰ ਹੋਣਗੇ ਤੇ ਬੱਬਰ ਸ਼ੇਰ ਹੋਣਗੇ ਤੇ ਹਿੰਮਤ ਇੰਨੀ ਕੁ ਰੱਖਿਓ ਕਿ ਆਪਣੇ ਬੱਚੇ ਨੂੰ ਕਾਤਲ ਤੇ ਮਰੀਆਂ ਜ਼ਮੀਰਾਂ ਵਾਲੀ ਬਣਾਇਓ, ਕਿਤੇ ਮੇਰੇ ਪੁੱਤਾਂ ਦੇ ਵਾਂਗੂ ਸ਼ੇਰ ਨਹੀਂ ਬਣ ਸਕਦੇ ਨਾ ਤੁਹਾਡੇ ਪੁੱਤ। ਪਰ ਜੇ ਹੁਣ ਉਹਨਾਂ 'ਚ ਉਹਨਾਂ ਦੀਆਂ ਮਾਵਾਂ ਦੇ ਵਿੱਚ ਤੇ ਇੰਨੀ ਔਕਾਤ, ਤੇ ਮੈਂ ਕਹੂੰਗੀ ਕਿ ਇੱਕ ਘਟੀਆ ਤੇ ਗੰਦਾ ਖੂਨ ਕਹਿ ਸਕਦੀ ਹਾਂ ਮੈਂ ਉਹਨਾਂ ਨੂੰ ਕਿ ਜਿਨ੍ਹਾਂ ਦੇ ਪੁੱਤਾਂ ਨੇ ਗੋਲੀਆਂ ਮਰਵਾਈਆਂ ਭਈਆਂ ਤੋਂ। ਇਹ ਸੰਦੀਪ ਡਿਜ਼ਰਵ ਨਹੀਂ ਸੀ ਕਰਦੇ। ਬਹੁਤ ਦੁਨੀਆ ਦੇ ਘਰ ਚੁੱਲ੍ਹੇ ਵਾਲੇ ਆ, ਇੱਥੇ ਬਹੁਤ ਸਾਰੇ ਪਲੇਅਰਸ ਇੱਥੇ ਆ, ਇੰਡੀਆ ਆ, ਬਹੁਤ ਜਗ੍ਹਾ 'ਤੇ ਆ, ਜਿਨ੍ਹਾਂ ਲਈ ਦੁਨੀਆ 'ਚ ਸੰਦੀਪ ਰੱਬ ਸੀ। ਬਹੁਤ ਸਾਰੇ ਕਮੈਂਟੇਟਰਸ ਆ ਜਿਨ੍ਹਾਂ ਦੀ ਮੈਂ ਹਿਸਟਰੀ ਬੋਲਣਾ ਨਹੀਂ ਚਾਹੁੰਦੀ, ਜਿਨ੍ਹਾਂ ਨੂੰ ਸੰਦੀਪ ਨੇ ਅਰਸ਼ ਤੋਂ ਫਰਸ਼ 'ਤੇ ਅਤੇ ਫਰਸ਼ ਤੋਂ ਅਰਸ਼ 'ਤੇ ਲਿਆਂਦਾ ਆ। ਜੇ ਉਹਨਾਂ ਨੂੰ, ਉਹਨਾਂ ਕਮੈਂਟੇਟਰਾਂ ਨੂੰ ਸੰਦੀਪ ਨੇ ਥੱਲਿਓਂ ਉੱਪਰ ਲਿਆਂਦਾ ਸੀ ਤਾਂ ਉੱਪਰੋਂ ਥੱਲੇ ਵੀ ਉਹ ਆਪੇ ਹੀ ਆਏ ਆ। ਅਤੇ ਮੈਂ ਚਾਹੂੰਗੀ ਕਿ ਇਹੋ ਜਿਹਾ ਸੰਦੀਪ ਨਾ ਘਰ ਘਰ ਜੰਮੇ ਅਤੇ ਨਾ ਕਿਸੇ ਮਾਂ ਨੇ ਜੰਮਣਾ ਹੀ ਆ। ਸੰਦੀਪ ਸਿੰਘ ਸੰਧੂ ਦਾ ਨਾਂ ਇੰਨਾ ਕੁ ਡਰ ਪੈ ਗਿਆ ਸੀ ਉਹਨਾਂ ਨੂੰ ਮਰਵਾਉਣ ਵਾਲਿਆਂ ਨੂੰ, ਖਾਧੀ ਪੀਤੀ 'ਚ ਕਿਤੇ ਕਹਿ ਬੈਠੇ ਹੋਣੇ ਕਿ ਕਰਾ ਦਿੰਦੇ ਹਾਂ ਨੰਗਲਾਂ ਵਾਲੇ ਦਾ ਕੰਮ। ਹਿੰਮਤ ਸੀ ਤਾਂ ਸਾਹਮਣੇ ਹਿੱਕ ਜਾ ਕੇ ਗੋਲੀ ਮਾਰਦੇ। ਅੱਜ ਮੈਂ ਵਾਹਿਗੁਰੂ ਜੀ ਦੇ ਘਰ ਬਹਿ ਕੇ ਕਹਿ ਰਹੀ ਹਾਂ ਕਿ ਪਰਮਾਤਮਾ ਮੇਰੇ ਸ਼ੇਰਾਂ ਨੂੰ ਉਹਨਾਂ ਦੀ ਪੋਤੀ ਬਰਾਬਰੀ ਕਰਨ, ਉਹ ਆਉਣ ਸਹੀ ਅਤੇ ਪਹਿਲੀ ਗੋਲੀ ਮੇਰੇ ਨਾਲ ਮੇਰੇ 'ਚ ਮਾਰਨ, ਕਿਉਂਕਿ ਦੁਸ਼ਮਣੀ ਮੈਂ ਕੱਢ ਰਹੀ ਹਾਂ ਉਹਨਾਂ ਨਾਲ। ਸੰਦੀਪ ਦੀ ਤਾਂ ਦੁਸ਼ਮਣੀ ਉਹਨਾਂ ਨਾਲ ਨਹੀਂ ਸੀਗੀ, ਉਹਨਾਂ ਨੇ ਦੁਸ਼ਮਣੀ ਮੇਰੇ ਨਾਲ ਪਾਈ, ਮੇਰੇ ਬੱਚਿਆਂ ਨਾਲ ਪਾਈ, ਸਾਡੇ ਮਦਰ ਇਨ ਲੋ ਫਾਦਰ ਇਨ ਲੋ ਨਾਲ ਪਾਈ। ਸਾਡੇ ਸੰਦੀਪ ਨੂੰ ਤਾਂ ਚਾਰ ਗੋਲੀਆਂ ਵੱਜੀਆਂ, 10 ਸੈਕਿੰਡ, 20 ਸੈਕਿੰਡ, 1 ਮਿੰਟ, ਵੱਧ ਤੋਂ ਵੱਧ 2 ਮਿੰਟ। ਇੱਦੂ ਉੱਪਰ ਉਹ ਨਾ ਤੜਫਿਆ, ਨਾ ਸੋਚਣ ਦਾ ਮੌਕਾ, ਕੁਛ ਨਹੀਂ ਮਿਲਿਆ। ਦੁਸ਼ਮਣੀ ਤਾਂ ਸਾਡੇ ਨਾਲ ਸੀ। ਜੇ ਸੰਦੀਪ ਨਾਲ ਦੁਸ਼ਮਣੀ ਕੱਢਣੀ ਸੀ, ਗੋਲੀਆਂ ਮਾਰਦੇ, ਉਹਨੂੰ ਘਰ ਬਿਠਾਉਂਦੇ, ਅਤੇ ਕੋਈ ਇੰਨਾ, ਅੱਜ ਬਹੁਤ ਦੁਨੀਆ ਸੰਦੀਪ ਦੇ ਨਾਲ ਇੱਥੇ ਖੜੀ ਆ, ਕੈਨੇਡਾ, ਅਮੈਰੀਕਾ, ਇੰਗਲੈਂਡ, ਸਾਰੀ ਦੁਨੀਆ ਖੜੀ ਆ। ਪਰ ਜੇ ਤੁਸੀਂ ਸੋਚੋ ਕਿ ਸੰਦੀਪ ਦੇ ਲੱਤਾਂ ਵਿੱਚ ਗੋਲੀਆਂ ਮਾਰ ਕੇ ਉਹਨੂੰ ਘਰ ਬਿਠਾ ਦਿੰਦੇ, ਅਤੇ ਇਹਨਾਂ 'ਚੋਂ ਕੋਈ ਵਿਹਲਾ ਨਹੀਂ ਹੋਣਾ ਸੀ ਕਿ ਰੋਜ਼ ਉਹਨੂੰ ਗਰਾਊਂਡਾਂ 'ਚ ਲੈ ਕੇ ਆਉਂਦਾ, ਕੋਈ ਉਹਨੂੰ ਰੋਜ਼ ਇੰਡੀਆ ਟਰੈਵਲ ਕਰਾਉਂਦਾ, ਕਿਉਂਕਿ 20 ਵਾਰੀ ਉਹਦੇ ਇੱਕ ਸਾਲ 'ਚ ਇੰਡੀਆ ਜਾਂਦੇ ਸੀ। ਕੋਈ ਇੰਨਾ ਵਿਹਲਾ ਨਹੀਂ ਹੋਣਾ ਸੀ, ਕੋਈ ਸਾਲ 'ਚ ਇੱਕ ਵਾਰੀ ਲੈ ਜਾਂਦਾ, ਕੋਈ ਸਾਲ 'ਚ 2 ਵਾਰੀ ਲੈ ਜਾਂਦਾ। ਇੱਦੂ ਵੱਧ ਤਾਂ ਮੈਂ ਨਹੀਂ ਸੀ ਲਿਜਾ ਸਕਦੀ, ਕਿਉਂਕਿ ਮੇਰੇ ਕੋਲ ਵੀ ਮੇਰੇ ਬੱਚੇ ਸੀ, ਹਸਬੈਂਡ ਸੀ, ਮੈਂ ਲੁੱਕ ਆਫਟਰ ਕਰ ਸਕਦੀ ਸੀ, ਨਹੀਂ ਹੋਣਾ ਸੀ। ਦੁਸ਼ਮਣੀ ਉਹਨਾਂ ਨਾਲ ਨਹੀਂ, ਦੁਸ਼ਮਣੀ ਸਾਡੇ ਨਾਲ ਕੱਢੀ ਆ। ਅਤੇ ਜੇ ਹਜੇ ਵੀ ਹਿੰਮਤ ਆ ਤਾਂ ਮੈਂ ਹੋਰ 5-7 ਦਿਨ ਇੱਥੇ ਹਾਂ। ਹਿੰਮਤ ਆ ਤਾਂ ਮੈਨੂੰ ਆ ਕੇ ਦੱਸ ਜਾਣ ਕਿ ਸੰਦੀਪ ਨੇ ਉਹਨਾਂ ਦਾ ਆਹ ਵਿਗਾੜਿਆ ਸੀ, ਫਿਰ ਮੈਂ ਦੱਸੂਗੀ ਤੁਹਾਨੂੰ ਕਿ ਦੁਨੀਆ ਕੀ ਚੀਜ਼ ਹੁੰਦੀ ਆ, ਅਤੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕੀ ਆ। ਬਸ ਇੱਕ ਚੈਲੰਜ ਜ਼ਰੂਰ ਅਸੈਪਟ ਕਰਿਓ, ਤੁਹਾਡਾ ਅਤੇ ਮੇਰਾ ਟਾਈਮ ਅੱਜ ਤੋਂ ਸ਼ੁਰੂ ਹੋਣਾ ਆ। ਇੱਦੂ ਪਹਿਲਾਂ ਤਾਂ ਰੋਣ ਧੋਣ ਹੀ ਕਰਦੇ ਰਹੇ ਹਾਂ ਕਿ ਬੰਦਾ ਚੱਲਿਆ ਗਿਆ, ਰੋ ਲਿਆ, ਕਿੱਦਾਂ ਜ਼ਿੰਦਗੀ ਕੱਟਣੀ ਆ। ਮੈਂ ਸ਼ੇਰ ਬਣਾਊਂਗੀ, ਤੁਸੀਂ ਆਪਣੇ ਬੱਚਿਆਂ ਨੂੰ ਕਾਤਲ ਬਣਾਇਓ। ਦੁਬਾਰਾ ਅੱਜ ਤੋਂ 20-22 ਸਾਲਾਂ ਬਾਅਦ ਫਿਰ ਮੇਲ ਕਰਿਓ ਇੱਕ ਵਾਰੀ, ਪਰ ਆਪਣੇ ਬੱਚਿਆਂ ਨੂੰ ਇੰਨੀ ਹਿੰਮਤ ਦਿਓ ਕਿ ਭਾਈਆਂ ਤੋਂ ਗੋਲੀਆਂ ਨਾ ਮਰਵਾਉਣ, ਗੋਲੀਆਂ ਮਾਰਨੀ ਤਾਂ ਸਿੱਧੀ ਹਿੱਕ 'ਚ ਆ ਕੇ ਮੇਰੇ ਬੱਚਿਆਂ ਦੇ ਮਾਰਨ ਜੰਮੀ ਦੇ ਮਾਰ। ਇੱਦੂ ਵੱਧ ਕੁਛ ਨਹੀਂ। DGP ਇੰਡੀਆ ਪੁਲਿਸ ਸਪੈਸ਼ਲੀ ਜਿਹੜੇ ਸਾਡੇ ਪਹਿਲੇ ਇੰਸਪੈਕਟਰ ਸੀ, ਉਹਨਾਂ ਨੇ ਜੋ ਕੜੀ ਘੋਲਣੀ ਸੀ ਉਹ ਆਲਰੇਡੀ ਉਹਨਾਂ ਨੇ ਘੋਲ ਦਿੱਤੀ ਆ। ਕਿਹਨਾਂ ਨੇ ਮਰਵਾਇਆ ਸਾਰੀ ਦੁਨੀਆ ਨੂੰ ਪਤਾ ਆ। ਹੁਣ ਉਹ ਪੈਸਾ ਕਿੱਥੇ ਲਾ ਰਹੇ ਆ, ਪੈਸਾ ਵੀ ਚੱਲ ਰਿਹਾ ਆ, ਸਾਰਾ ਕੁਛ ਹੋ ਰਿਹਾ। ਮੈਂ ਅੱਜ ਇੱਥੇ ਹਾਂ ਉਹ ਵੀ ਤੁਹਾਡੀ ਸਾਰਿਆਂ ਦੀ ਬਦੌਲਤ ਆ, ਪਰ ਜੇ ਇਸ ਤੋਂ ਅੱਗੇ ਵੀ ਮੈਂ ਜਾਣਾ ਆ, ਮੈਨੂੰ ਸਿਰਫ ਤੁਹਾਡੀ ਲੋੜ ਆ। ਮੈਨੂੰ ਪੁਲਿਸ ਨੇ ਕੁਛ ਨਾ ਕੀਤਾ, ਸ਼ੁਰੂ ਤੋਂ ਹੀ ਨਹੀਂ ਕੀਤਾ ਉਹਨਾਂ ਨੇ, ਨਾ ਉਹਨਾਂ ਨੇ ਅੱਗੇ ਕਰਨਾ ਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਇੱਕ ਮੈਸੇਜ, ਰਿਕੁਐਸਟ, ਜੋ ਵੀ ਸਮਝਣਾ ਤੁਸੀਂ ਸਮਝ ਸਕਦੇ ਆ, ਕਿ ਮੈਨੂੰ ਪਟੀਸ਼ਨਾਂ ਪਾ ਦਿਓ, ਸਾਈਨ ਕਰਾ ਦਿਓ, ਜੋ ਵੀ ਤੁਹਾਡੀ ਹਿੰਮਤ ਆ ਤੁਸੀਂ ਕਰਾ ਸਕਦੇ ਆ। ਸੋਸ਼ਲ ਮੀਡੀਆ 'ਤੇ ਆ ਜਾਓ, ਬਹੁਤ ਕੁਛ ਆ ਤੁਹਾਡੇ ਕੋਲ। ਮੇਰੀ ਪੁਲਿਸ ਤੁਸੀਂ ਆ, ਨਾ ਕਿ ਇੰਡੀਆ ਦੀ ਪੁਲਿਸ। ਜੇ ਇੰਡੀਆ ਦੀ ਪੁਲਿਸ ਨੂੰ ਮੈਂ ਕਹਾਂ, ਉਹਨਾਂ ਨੇ ਚੱਕ ਚੁਕਾ ਕੇ ਫਿਊਨਰ ਕਰਾਉਣਾ ਸੀ, ਕਰਾ ਦਿੱਤਾ, ਦੈਟਸ ਇਟ। ਹੋਰ ਉਹਨਾਂ ਤੋਂ ਕੁਛ ਵੀ ਨਹੀਂ ਹੋਇਆ ਅੱਜ ਤੱਕ, ਨਾ ਉਹਨਾਂ ਤੋਂ ਹੋਣਾ ਸੀ।
ਪੈਸੇ ਦੇ ਪੁੱਤ ਕਹਿ ਲਓ ਚਾਹੇ ਮਰਵਾਉਣ ਵਾਲਿਆਂ ਦੇ ਪੁੱਤ ਕਹਿ ਲਓ ਉਹ ਪੰਜਾਬ ਪੁਲਿਸ ਹੈਗੀ ਆ ਤੇ ਮੇਰੇ ਹਿਸਾਬ ਨਾਲ ਉਹਨਾਂ ਦਾ ਨਾਂ ਹੋਣਾ ਆ ਸਰਦਾਰ ਸਤਿੰਦਰ ਸਿੰਘ ਕੁਛ ਸੀ ਉਹਨਾਂ ਦੇ ਫੈਮਿਲੀ ਕਹਿ ਲਓ ਵੀ ਹੈਗੀ ਸੀ ਵੀ ਰਿਸ਼ਵਤ ਖਾਣੀ ਆ ਤੇ ਉਹਨਾਂ ਨੇ ਦੁਬਾਰਾ ਉਹੀ ਕੁਛ ਕੀਤਾ ਤੇ ਮੇਰੀ ਪੁਲਿਸ ਬਣ ਜਾਓ ਤੁਸੀਂ ਜੇ ਤੁਸੀਂ ਮੇਰੇ ਲਈ ਇੰਨਾ ਕੁਛ ਕਰ ਦੋਗੇ ਤੇ ਮੈਨੂੰ ਇਨਸਾਫ ਬਹੁਤ ਈਜ਼ੀ ਮਿਲ ਸਕਦਾ ਆ ਇੰਨਾ ਔਖਾ ਕੰਮ ਨਹੀਂ ਹੈਗਾ ਬਟ ਪੰਜਾਬ ਪੁਲਿਸ ਤੋਂ ਨਾ ਤੁਸੀਂ ਆਸ ਰੱਖਿਓ ਮੈਂ ਤਾਂ ਬਹੁਤ ਚਿਰ ਪਹਿਲਾਂ ਛੱਡ ਦਿੱਤੀ ਸੀ 4 ਮਹੀਨੇ ਪਹਿਲਾਂ ਛੱਡ ਦਿੱਤੀ ਸੀ ਹੁਣ ਸ਼ੋਰ ਹੋ ਚੁੱਕਿਆ ਸੀ ਕਿ ਪੰਜਾਬ ਪੁਲਿਸ ਨੇ ਕੁਛ ਨਹੀਂ ਕਰਨਾ ਮੇਰੀ ਸਿਰਫ ਇੱਕ ਰਿਕੁਐਸਟ ਸਮਝ ਲਓ ਕਿ ਮੈਨੂੰ ਇਨਸਾਫ ਇਤਨਾ ਗਰਾਊਂਡਾਂ 'ਚ ਦਵਾਇਓ ਕਿ ਨਾ ਤਾਂ ਮਾਰਨ ਵਾਲੇ ਗਰਾਊਂਡਾਂ 'ਚ ਆ ਸਕਣ ਪੰਜਾਬ ਪੁਲਿਸ ਵੀ ਉਹਨਾਂ ਨੂੰ ਉੱਥੇ ਤੱਕ ਵੀ ਤੁਸੀਂ ਪਹੁੰਚ ਸਕਦੇ ਆ MLA ਭਗਵੰਤ ਮਾਨ DGP ਪੰਜਾਬ ਪੁਲਿਸ ਦੇ ਹੋਰ ਵੀ ਕਈ ਇਹੋ ਜਿਹੇ ਵਧੀਆ ਅਫਸਰ ਆ ਜਿਨ੍ਹਾਂ ਦੇ ਕੋਲ ਤੁਸੀਂ ਗੱਲ ਕਰ ਸਕਦੇ ਆ ਕਿਸੇ ਦੀ ਵੀ ਪਹੁੰਚ ਹੋ ਸਕਦੀ ਆ ਤੁਸੀਂ ਕਰ ਦਿਓ ਤੇ ਮੈਨੂੰ ਇਨਸਾਫ ਦਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।